हाँ जी दोस्तों, की हाल चाल। मैं हाँ ਤੁਹਾਡਾ अपना रुपिंदर सिंह एक बार फिर वेलकम करते हैं चांदू ब्लॉग से। अज असी आए हैं गुरु गोबिंद सिंह ऑटो कार बाजार टांडे विखे। पहला भी ऑलरेडी असी पेज पर वीडियो पा चुके हैं, तो काफ़ी ज़्यादा प्यार देता हूँ। मिलते हैं, सब तो पहला सत श्री अकाल भाजी, की हाल चाल है? दो गड्डिया ने आ रही, दो स्कॉर्पियो, दो कालिया चिट्टिया, सब तरह का स्टॉक है। सारी इंट्रोडक्शन कराई जाऊगी, बिल्कुल भाजी हर बजट की गारंटी वाली गड्डी और इंजन बॉडी पेपर हर चीज की गारंटी देंगे। ठीक है, तो दोस्तों ज्यादा ना टाइम खराब कर दे, जी वीडियो की शुरुआत करते हैं, तो एक एक करके कली कली गड्डी दे डिटेल तुहाडे तक जिहड़े आ दसदे आ। बहुत ही साफ गड्डी है, पूरा रूफ है जी, एंड तक मिल जांदे है जी, 7 सीटर टोटल है, लास्ट सीट दे विच भी पूरी जगह रहेगी बैठने दी। ठीक है जी, इस तो उत्ते प्रीमियम और लग्जरी गड्डी कोई नहीं है, जेडी एसयूवी इस टाइम इनी प्राइस रेंज दे विच मिल रही है। अच्छा, ये आपां नूं लगभग 36 लाख दी रेंज दे विच मिलेगी भाजी, गड्डी फर्स्ट ओनर है, छोटा नंबर लगया होया है। ठीक है जी, 0047 नंबर जलंधर शहर दी कार। ठीक है, ते किलोमीटर किन्नी दसे, किन्ने चली 3000 किलोमीटर भाई चली दी गारंटी होएगी गड्डी दी। ठीक है, इंजन सारी गारंटी है ना? बिल्कुल भाजी, बिल्कुल बिल्कुल ऑन रिकॉर्ड है जी सारा कुछ इहदा। ठीक है जी, जी जी जी, ते हुण गल करिए भाजी, सेम छोटा भाजी, हां जी, ये मॉडिफाई होया होया ना? ये मॉडिफाई भाजी आप होया होया है जी, इहदे विच ग्रिल चेंज आ दे नाल 20 इंच अलॉय आ जांदे आ, देख सकदे हो, 20 इंच फ्यूल टाइप ਦੇ ਵਿੱਚ ਅਲੋਏ ਹੁੰਦੇ। ਗੱਡੀ ਦੇ ਲੋਇਲ ਟਾਇਰ ਦੇਖ ਸਕਦੇ ਹੋ, ਬਹੁਤ ਹੀ ਵਧੀਆ ਗੱਡੀ ਹੈਗੀ, ਇੰਟੀਰੀਅਰ ਮੋਡੀਫਿਕੇਸ਼ਨ ਸੇਮ ਵੇਰੀਐਂਟ। ਇਹ ਗੱਡੀ ਐ ਲੱਗਦੀ ਜਿਵੇਂ ਅੱਗੋਂ ਨਾ ਖਾਂਦੀ ਹੋਵੇ, ਖਾਣ ਨੂੰ ਪੈਂਦੀ ਵੇ, ਡਰਾ ਰਹੀ ਹੈ ਗੱਡੀ ਭਾਜੀ। ਤੁਹਾਡੇ ਸਾਹਮਣੇ ਲੱਗ ਗਏ ਸਾਰੀਆਂ ਗੱਡੀਆਂ ਦੇ ਨਾਲ ਇਹਦਾ ਖਰਾਬੀ ਦਾ ਪਤਾ ਲੱਗਦਾ ਵੀ ਕਿੱਡਾ ਭਾਜੀ। ਹੁਣ ਇਹ ਜਿਹੜੇ ਕਾਲੇ ਰੰਗ ਦੇ, ਫਿਰ ਇਹ ਵੀ ਛੋਟੇ ਆ ਜੀ ਆਪਾਂ ਭਾਜੀ, ਇਹ ਛੋਟੇ ਭਾਜੀ, ਬਿਲਕੁਲ ਬਿਲਕੁਲ ਭਾਜੀ, ਕਾਲੇ ਵਾਲੇ ਡਿਮਾਂਡ ਵਾਲੋ ਪੂਰੇ ਕੋਈ ਕਮੀ ਨਹੀਂ ਰਹਿਣ ਦੇਣੀ। ਇਹ ਹੈਗੀ ਜੀ ਬ੍ਰਾਂਡ ਨਿਊ ਸਕੋਰਪੀਓ। ਅੱਛਾ, ਇਹ ਬ੍ਰਾਂਡ ਨਿਊ ਹੋ ਭਾਜੀ? ਬਿਲਕੁਲ ਭਾਜੀ ਬ੍ਰਾਂਡ ਨਿਊ, 2 ਦਿਨ ਪੁਰਾਣੀ ਹੈ ਹਜੇ ਤਾਂ, ਆਈ ਵੀ ਨਹੀਂ ਇਹਦੀ ਵੇਟਿੰਗ ਚੱਲ ਰਹੀ ਹੈ ਭਾਜੀ, ਵੇਟਿੰਗ ਕਰਕੇ ਤਾਂ ਹੀ ਡਿਮਾਂਡ ਆ ਭਾਜੀ, ਕਸਟਮਰ ਦੀ ਡਿਮਾਂਡ ਕਰਕੇ ਸਾਨੂੰ ਲਿਆਉਣੀ ਪੈਂਦੀ ਗੱਡੀ। ਇਕੱਲੇ ਇੱਕ ਨਹੀਂ, ਦੋ 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 ਨੇ ਭਾਜੀ, ਦੋਨੇ ਦੋਨਾਂ ਦੇ ਵਿੱਚ ਆਪਸ਼ਨ ਨੇ, 20 ਇੰਚ ਅਲੋਏ ਪਏ ਉਹਨੇ ਸੇਮ। ਅੱਛਾ ਜੀ, ਅਲੋਏ ਵੀ ਦਿਖਾ ਸਕਦੇ ਹੋ? ਠੀਕ ਆ, ਐਕਸਟੈਂਡਡ ਵਾਰੰਟੀ ਸਾਰਾ ਕੁਝ ਹੋਇਆ ਹੋਇਆ, ਜੋ ਸ਼ੋਰੂਮ ਲਾਈਕ ਕੰਡੀਸ਼ਨ ਆ ਸੇਮ ਆ, ਕੋਈ ਇੱਕ ਕਹਿ ਸਕਦੇ ਇੱਕ ਚੀਜ਼ ਦਾ ਹੀ ਫਰਕ ਨਹੀਂ ਹੈਗਾ। ਇਹ ਗੱਡੀ ਆਪਾਂ ਨੂੰ ਲਗਭਗ 2,75,000 ਦੀ ਰੇਂਜ ਵਿੱਚ ਮਿਲ ਰਹੀ ਹੈ ਭਾਈ। ਆਪਣਾ ਜਿਹੜੀ ਆਪਣਾ ਸਕੋਰਪੀਓ ਐਨ ਵੀ ਆ ਗਈ, ਪਰ ਇਹ ਜਿਹੜੀ ਇਹ ਸ਼ੇਪ ਆ ਨਾ ਭਾਈ, ਇਦਾਂ ਨਾ ਪੰਜਾਬੀਆਂ ਨੂੰ ਪੁਰਾਣੀਆਂ ਚੀਜ਼ਾਂ ਨਾਲ ਪਿਆਰ ਹੁੰਦਾ, ਉਹ ਛੱਡਦੇ ਨਹੀਂ। ਇਹ ਗੱਡੀ 2014 ਤੋਂ ਜਦੋਂ ਦੀ ਨਵੀਂ ਸ਼ੇਪ ਚ ਆਈ ਆ ਨਾ, ਇਹਦੀ ਕਦੀ ਡਿਮਾਂਡ ਟੁੱਟੀ ਨਹੀਂ। ਠੀਕ ਆ ਜੀ, ਲਗਭਗ ਸਾਲ ਸਵਾ ਸਾਲ ਦੀ ਬੁਕਿੰਗ ਆ ਜੀ ਹਰ ਦਿਨ ਦੇ। ਪੂਰੇ ਇੰਡੀਆ ਦੇ ਵਿੱਚ ਇਹ ਗੱਡੀ ਪਸੰਦ ਕੀਤੀ ਜਾਂਦੀ ਹੈ, ਮਾਫੀਆ ਲੁੱਕ ਦਿੰਦੀ ਹੈ ਕਹਿ ਲੋ। ਬਿਲਕੁਲ ਭਾਜੀ, ਬਿਲਕੁਲ ਜੀ, ਇਹ ਜੀਪਾ ਲੁੱਕ ਆ ਜੀ, ਇਸ ਗੱਲ ਕਰਕੇ ਨਾ। ਅੱਛਾ ਜੀ, ਬਹੁਤ ਫੇਵਰੇਟ ਆ ਸਾਰੇ ਲੋਕਾਂ ਦੀ, ਸਾਨੂੰ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਸਾਨੂੰ ਗੱਡੀ ਰੱਖਣੀ ਪੈਂਦੀ ਹੈ ਭਾਜੀ। ਤੇ ਇਹਦੀ ਤੁਸੀਂ ਕਿੰਨੀ ਡਿਮਾਂਡ ਕੀਤੀ ਸੀਗੀ? 2,75,000 ਦੀ ਰੇਂਜ ਭਾਜੀ, ਗੱਡੀ ਦੇ ਦੇਵਾਂਗੇ। ਬਿਲਕੁਲ ਦੇ ਦੇਵਾਂਗੇ ਜੀ, ਜੀ ਭਾਜੀ। ਠੀਕ ਆ, ਹੁਣ ਇਸੇ ਤਰ੍ਹਾਂ ਅੱਗੇ ਆਂਦਾ, ਹੁਣ ਕ੍ਰੇਟਾ ਦਾ ਆਪਣੇ ਤੋਂ ਬਹੁਤ ਸਟਾਕ ਹੈਗਾ ਆ, ਤਿੰਨ ਤਿੰਨ ਕ੍ਰੇਟਾ ਖੜੀਆਂ ਨਾ। ਜੀ 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 ਭਾਜੀ, ਠੀਕ ਆ, ਪੈਟਰੋਲ ਡੀਜ਼ਲ ਹਰ ਵੇਰੀਐਂਟ ਖੜਾ ਹੈ, ਇਹ 2021 ਮਾਡਲ ਭਾਜੀ ਪੈਟਰੋਲ ਵੇਰੀਐਂਟ ਆ। ਅੱਛਾ ਜੀ, ਬੇਸ ਤੋਂ ਉੱਪਰ ਵਾਲਾ ਮਾਡਲ ਆ, ਇਹ ਵੀ ਆਪਾਂ ਨੂੰ ਵਾਰੰਟੀ ਦੇ ਵਿੱਚ ਕਾਰ ਆ, 6000 ਕਿਲੋਮੀਟਰ ਚੱਲੀ ਹੋਈ ਆ। ਇਹ ਭਾਜੀ ਡੀਜ਼ਲ ਤੇ ਪੈਟਰੋਲ ਤੇ? ਪੈਟਰੋਲ ਭਾਜੀ, ਪੈਟਰੋਲ 6000 ਕਿਲੋਮੀਟਰ ਚੱਲੀ ਹੋਈ, 2021 ਮਾਡਲ ਗੱਡੀ ਆ ਭਾਜੀ। ਅੱਛਾ ਜੀ, ਇਹ ਆਪਾਂ ਨੂੰ ਲਗਭਗ ਵੀ ਕਰ ਕਰਾ ਕੇ ਕੋਈ 11,25,000 ਦੀ ਰੇਂਜ ਵਿੱਚ ਮਿਲ ਜੇ। 11,25,000 ਦੀ ਬਿਲਕੁਲ ਮਿਲ ਜੇਗੀ, ਬਹੁਤ ਲੈਸ ਕਰਕੇ ਤੁਹਾਡੇ ਚੈਨਲ ਲਈ ਖਾਸ ਕਰ ਰਹੇ ਹਾਂ। ਠੀਕ ਆ ਜੀ, ਇਨੀ ਰੇਂਜ ਵਿੱਚ ਮਤਲਬ ਜਿਹੜੇ ਦੂਰੋਂ ਆਊਗਾ ਉਹਦੇ ਲਈ ਮਾਨ ਬਿਲਕੁਲ ਭਾਜੀ, ਕਲੀਅਰ ਗੱਲ ਕੀਤੀ ਚੰਗੀ ਹੁੰਦੀ, ਜਿਹੜੇ ਵੀਰ ਭਰਾਵਾਂ ਨੇ ਦੂਰੋਂ ਆਉਣਾ ਹੁੰਦਾ ਸਾਨੂੰ ਵੀ ਹੁੰਦਾ, ਠੀਕ ਆ, ਕੋਈ ਅਗਲਾ ਆਇਆ ਨਾ ਸੋਚ ਕੇ ਰੱਖੇ ਮਾਈਂਡ ਦੇ ਵਿੱਚ, ਪਤਾ ਨਹੀਂ ਕਿੰਨਾ ਗਿਆ ਪਾ ਜਾਂ ਕੁਝ ਵੀ, ਤੂੰ ਵੀ ਕਲੀਅਰ ਗੱਲ ਹੀ ਕਰੀ। ਬਾਕੀ ਜਿਹੜਾ ਮੌਕੇ ਤੇ ਹੋਰ ਵੀ ਘੱਟ ਕਰ ਦੇਣਗੇ ਜੇ ਆਣਗੇ, ਹੋਰ ਭਾਜੀ ਜੋ ਜਿੰਨੀ ਸਪੇਸ ਹੋਊਗੀ ਭਰਾਵਾਂ ਦਾ ਮਾਣ ਦਾ ਬੈਠੇ ਕਰਾਂਗੇ ਜ਼ਰੂਰ ਜੀ। ਠੀਕ ਆ, ਹੁਣ ਗੱਲ ਕਰੀ ਭਾਜੀ ਅਵਲੇ ਕ੍ਰੇਟਾ ਦੀ, ਇਹਦੇ ਬਾਰੇ ਦੱਸੋ। ਇਹ ਭਾਜੀ 2018 ਮਾਡਲ, ਇਹ ਟੌਪ ਐਂਡ ਮਾਡਲ ਆ ਜੀ ਵੇਰੀਐਂਟ, ਇਹਦੇ ਵਿੱਚ ਸਨਰੂਫ ਵਗੈਰਾ ਸਾਰਾ, ਅੰਦਰ ਲੈਦਰ ਇੰਟੀਰੀਅਰ ਆ ਜਾਂਦਾ, ਅਲੋਏ ਟਾਇਰ ਐਕਸਟਰਾ ਪਏ ਹੋਏ ਨੇ ਗੱਡੀ ਦੇ। ਇਹ SX ਆਪਸ਼ਨਲ ਵੇਰੀਐਂਟ ਕਹਿੰਦੇ ਨੇ ਜੀ ਇਹਨੂੰ। ਇਹ ਵਾਲਾ ਵੇਰੀਐਂਟ ਲਗਭਗ ਵੀ ਆਪਾਂ ਨੂੰ ਮਿਲ ਜਾਏਗਾ ਜੀ ਕੋਈ 11,20,000 ਰੁਪਏ ਦੀ ਰੇਂਜ ਦੇ ਵਿੱਚ। 11,20,000 ਜੀ ਜੀ ਭਾਜੀ, ਇਹ ਨਵੀਂ ਕਾਰ ਬਹੁਤ ਮਹਿੰਗੀ ਨਾ, 19 ਲੱਖ ਪਲੱਸ ਪੈਂਦੀ ਆ ਭਾਜੀ ਨਵੀਂ ਗੱਡੀ। 19 ਲੱਖ ਦੀ ਪੈਂਦੀ ਹੈ ਜੀ 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 ਜੀ, ਤਾਂ ਕਰਕੇ ਪੈਟਰੋਲ ਵੇਰੀਐਂਟ ਹੈ ਵੀ ਗੱਡੀ ਆ ਜਾਏਗੀ, ਸਿੰਗਲ ਓਨਰ ਆ, ਵਧੀਆ ਕਾਰ ਆ, ਹਰ ਚੀਜ਼ ਦੀ ਵਾਰੰਟੀ ਆ, ਕੋਈ ਵੀ ਪੀਸ ਦੇਖਦੇ ਹੋ ਹਰ ਚੀਜ਼ ਦੀ ਗਾਰੰਟੀ ਆ, ਇਹਦੇ ਵਿੱਚ ਵੀ ਅਲੋਏ ਵੀਲ ਪਏ ਹੋਏ ਆ। ਬਿਲਕੁਲ ਬਿਲਕੁਲ ਭਾਜੀ, ਅਲੋਏ ਐਕਸਟਰਾ ਲੱਗੇ ਹੋਏ ਆ, ਤੇ ਬਾਕੀ ਅੰਦਰ ਲੈਦਰ ਇੰਟੀਰੀਅਰ ਵਗੈਰਾ ਕੰਪਨੀ ਚ ਜਾਂਦਾ। ਮੈਂ ਵੀ ਤੁਹਾਡੇ ਤੋਂ ਗੱਡੀਆਂ ਦੇਖੀਆਂ ਆਪਣੀ ਪਹਿਲੇ ਵੀਡੀਓ ਦੇ ਵਿੱਚ ਵੀ ਸੀ,
ਜਿੰਨੀਆਂ ਗੱਡੀਆਂ ਤਕਰੀਬਨ ਤੁਸੀਂ ਅਲੋਏਵੇਰ ਸੇ ਪਵਾਏ ਹੁੰਦੇ ਗੱਡੀ ਬਿਲਕੁਲ ਭਾਜੀ ਸਾਡੇ ਇਦਾਂ ਵੀ ਕਰੇਜ਼ ਆ ਭਾਜੀ ਇਲਾਕੇ ਦੇ ਵਿੱਚ ਪੰਜਾਬ ਦਾ ਕਹਿੰਦੇ ਹੁਣ ਨਾ ਹੀ ਲੱਗਦਾ ਵੀ ਹਾਂਜੀ ਹਰ ਪੰਜਾਬ ਅਲੋਏਵੇਰ ਦੇ ਨਾਮ ਨਾਲ ਲੋਏ ਨਾਲ ਦੇ ਹੋ ਗਏ ਲੋਏ ਤਾਂ ਪੈਣੇ ਮਸਤੀ ਆ ਭਾਵੇਂ ਨਵੀਆਂ ਭਾਵੇਂ ਪੁਰਾਣੀਆਂ ਇਸ ਗੱਲ ਦੀ ਪਹਿਲੀ ਕਸਟਮਰ ਦੀ ਡਿਮਾਂਡ ਤੋਂ ਪਵਾਏ ਹੋਏ ਨੇ ਕਹਿਣ ਦਾ ਭਾਵ ਗੱਡੀ ਖੜੀ ਇਦਾਂ ਕਰਦੇ ਰੈਡੀ ਟੂ ਗੋ ਭਾਜੀ ਜੀ ਜੀ ਰੈਡੀ ਟੂ ਗੋ ਆ ਤੁਸੀਂ ਗੱਡੀ ਲੈ ਕੇ ਚਲਾਉਣੀ ਆ ਤੁਹਾਨੂੰ ਇਹੋ ਜੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੋਈ ਮੋਡੀਫਿਕੇਸ਼ਨ ਕਰਾਉਣੀ ਜਾਂ ਕੁਝ ਵੀ ਠੀਕ ਆ ਤੇ ਹੁਣ ਗੱਲ ਕਰੀਏ ਭਾਜੀ ਆਵਲੇ ਕ੍ਰੇਟਾ ਦੀ ਇਹ ਭਾਜੀ ਆਟੋਮੈਟਿਕ ਹੈ ਜੀ 2015 ਮਾਡਲ SX ਪਲੱਸ ਮੋਨਟ ਹੈ ਜੀ ਇਹ ਵਾਲਾ ਇਹ ਲਗਭਗ 66,000 ਕਿਲੋਮੀਟਰ ਚੱਲੀ ਹੈ ਵੀ ਆਪਾਂ ਨੂੰ ਕੋਈ 8,20,000 ਦੀ ਰੇਂਜ ਵਿੱਚ ਮਿਲ ਜਾਏਗੀ ਗੱਡੀ ਠੀਕ ਆ ਜੀ ਭਾਜੀ ਹੁਣ ਆਪਾਂ ਲੈ ਗਏ ਆ ਵਰਨਾ ਵਰਨਾ ਦੀ ਵੀ ਸਕੋਰਪੀਓ ਵਰਗੀ ਡਿਮਾਂਡ ਬਿਲਕੁਲ ਭਾਜੀ ਬਿਲਕੁਲ ਇਹ ਗੱਡੀ ਦੀ ਵੀ ਪੂਰੀ ਡਿਮਾਂਡ ਹੈ ਇਸ ਵੇਲੇ ਬਹੁਤ ਹੌਟ ਆ ਗੱਡੀ ਇਸ ਵੇਲੇ ਦੀ ਸੈਗਮੈਂਟ ਦੇ ਵਿੱਚ ਗੱਲ ਕੀਤੀ ਆ ਟ੍ਰੈਂਡ ਦੇ ਵਿੱਚ ਚੱਲਦੀਆਂ ਜਿਹੜੀਆਂ ਬਿਲਕੁਲ ਭਾਈ ਸੈਡਾਨ ਗੱਡੀਆਂ 'ਚ ਬੈਸਟ ਸੈਲਰ ਰਹੀ ਆ ਭਾਜੀ ਕਾਰ ਠੀਕ ਆ ਕਿਸੇ ਕੋਲੇ ਖੜੀ ਨਹੀਂ ਮਿਲਦੀ ਜੀ ਕਿਸੇ ਕੋਲ ਕਾਲਾ ਰੰਗ ਨਾਲ ਸਾਫ਼ ਗੱਡੀ ਕਾਲੇ ਰੰਗ ਦੀ ਭਾਜੀ ਡਿਮਾਂਡ ਹੀ ਪਵਾਉਂਦੀ ਫੋਨ ਕਰ ਕਰ ਕੇ ਲੋਕੀ ਤੰਗ ਕਰ ਦਿੰਦੇ ਭਾਜੀ ਪਹਿਲੇ ਨੰਬਰ ਕਾਲੇ ਰੰਗ ਦੀ ਲੈ ਕੇ ਦਿਓ ਕਾਲੇ ਰੰਗ ਦਾ ਫੈਨ ਵੀ ਸੀ ਲੱਗਾ ਭਾਜੀ ਇਸ ਗੱਲ ਕਰਕੇ ਕਾਲਾ ਬੋਲਟ ਕਾਲੀ ਸਕਾਰਪੀਓ ਕਾਲੀ ਵਰਨਾ ਸਾਰੀਆਂ ਕਾਲੀਆਂ ਗੱਡੀਆਂ ਕਾਲੀਦਾਰ ਸਾਹਿਬ ਕੋਈ ਕਾਲਾ ਹੀ ਹੁੰਦਾ ਭਾਜੀ ਤਾਂ ਕਰਕੇ ਆਪਾਂ ਹੀ ਸਭ ਤੋਂ ਜ਼ਿਆਦਾ ਸ਼ਕੀਨੀ ਇਸ ਗੱਲ ਕਰਕੇ ਗੱਡੀ ਦੀ ਵੱਧ ਤੋਂ ਵੱਧ ਕਸਟਮਰ ਨੂੰ ਸੌਖ ਰਵੇ ਠੀਕ ਤੇ ਭਾਜੀ ਹੁਣ ਗੱਲ ਕਰੀਏ ਇਹਦੀ ਡਿਟੇਲ ਦੱਸੋ ਇਹਦੀ ਗੱਡੀ ਬਾਰੇ ਇਹ ਭਾਜੀ 2017 ਮਾਡਲ ਹੈ ਜੀ SX ਵੇਰੀਐਂਟ ਹੈ ਡੀਜ਼ਲ ਮਾਡਲ ਹੈ ਆ ਗੱਡੀ ਇਹਨ ਅਲੋਏ ਟਾਇਰ ਐਕਸਟਰਾ ਪਏ ਹੋਏ ਸੀਟ ਕਵਰ ਐਕਸਟਰਾ ਪਏ ਹੋਏ ਆ 64,000 ਕਿਲੋਮੀਟਰ ਚੱਲੀ ਹੋਈ ਆ ਲਗਭਗ ਆਪਾਂ ਨੂੰ ਕਰ 8-75 ਦੀ ਰੇਂਜ ਵਿੱਚ ਮਿਲ ਜਾਏਗੀ 9,00,000 ਡਿਮਾਂਡ ਕਰਦੇ ਆ 8,75,000 ਦੀ ਰੇਂਜ ਵਿੱਚ ਮਿਲ ਜਾਏਗੀ ਗੱਡੀ ਆਪਾਂ ਨੂੰ ਅਲੋਏ ਟਾਇਰ ਸਾਰਾ ਕੁਝ ਲੱਗਾ ਲਗਾਇਆ ਹਰ ਚੀਜ਼ ਦੀ ਗਾਰੰਟੀ ਹੋਏਗੀ ਅੱਛਾ ਜੀ ਬਿਲਕੁਲ ਭਾਜੀ ਤੇ ਹੁਣ ਗੱਲ ਕਰੀ ਇਹ ਨਿਊ ਸ਼ੇਪ ਆ ਗਈ ਭਾਜੀ ਦੇ ਵਿੱਚ ਭਾਜੀ ਰੈਡੀ ਕਰਾਈ ਹੋਈ ਆ ਠੀਕ ਆ ਬੰਦਾ ਮਤਲਬ ਭਾਜੀ ਦਿਲ ਚ ਹੁੰਦਾ ਗਈਆਂ ਨੰਬਰ B055 ਲਿਖਿਆ ਹੁੰਦਾ ਬੌਸ ਭਾਜੀ ਬੌਸ ਮਤਲਬ ਬੌਸ ਵਾਲੇ ਬੰਦੇ ਬੌਸ ਬਿਲਕੁਲ ਭਾਜੀ ਬੌਸ ਵਾਲੀ ਪਰਸਨੈਲਿਟੀ ਵਾਲੇ ਬੰਦੇ ਲਈ ਕਾਰ ਖਾਸ ਲੈ ਕੇ ਆਏ ਆ ਤੇ ਬੌਸ ਨੇ ਮਤਲਬ ਕਹਿਣ ਦਵੋ ਇਸ ਗੱਡੀ ਦੇ ਵਿੱਚ ਸਨਰੂਫ ਇਲੈਕਟ੍ਰਿਕ ਸੀਟਾਂ ਠੀਕ ਆ ਪੁਸ਼ ਬਟਨ ਸਟਾਰਟ ਸਾਰੇ ਵੇਰੀਐਂਟ ਮਤਲਬ ਕਿ ਫੀਚਰ ਆ ਇਹ ਵਾਲੀ ਗੱਡੀ ਨੂੰ ਨਵੇਂ ਮਾਡਲ ਦੀ ਗ੍ਰਿਲ ਪਾਈ ਹੋਈ ਹੈ 18 ਮਾਡਲ ਆ ਪਰ ਗ੍ਰਿਲ ਨਵੇਂ ਮਾਡਲ ਦੀ ਪਾਈ ਹੋਈ ਹੈ ਤਾਂ ਕਰਕੇ ਲੁੱਕ ਬਹੁਤ ਆਉਂਦੀ ਇੱਕ ਵਾਰ ਦਿਖਾ ਦਿਓ ਠੀਕ ਆ ਤੇ ਭਾਜੀ ਇਹ ਜਿਹੜਾ ਆ ਆਪਣਾ ਸੱਚੀ ਵਾਕਈ ਬੌਸ ਵਾਲਾ ਕਹਿਲਾਊਗਾ ਜਿਹੜਾ ਲੈ ਕੇ ਜਾਊਗਾ ਬਿਲਕੁਲ ਭਾਜੀ ਬੌਸ ਵਾਲੀ ਲੁੱਕ ਆਉਣੀ ਆ ਇਸ ਰੇਟ ਦੇ ਵਿੱਚ ਆਪਾਂ ਤੁਹਾਨੂੰ ਕਹਿ ਦੇਣਾ ਉਹਦੇ ਵਿੱਚ ਇਹ ਵਾਲੀ ਸ਼ੇਪ ਮਿਲ ਹੀ ਨਹੀਂ ਸਕਦੀ ਅੱਛਾ ਜੀ ਬਿਲਕੁਲ ਭਾਜੀ ਉਹ ਬੰਦੇ ਨੇ ਐਕਸਟਰਾ ਪੈਸੇ ਲਗਾਏ ਹੋਏ ਨੇ ਤਾਂ ਕਿ ਤੇਰੇ ਦਾ ਪ੍ਰਾਈਸ ਡਿਸਕਲੋਸ ਕਸਟਮਰ ਨੂੰ ਕਿੰਨੇ ਦੀ ਦੇਵਾਂਗੇ ਆਪਾਂ ਭਾਜੀ ਕੋ 9.5 ਦੀ ਰੇਂਜ ਵਿੱਚ ਆਪਾਂ ਗੱਡੀ ਦੇ ਦੇਵਾਂਗੇ ਠੀਕ ਆ ਜੀ 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 2018 ਮਾਡਲ ਆਟੋਮੈਟਿਕ ਵਰਨਾ ਸਨਰੂਫ ਵਾਲੀ ਠੀਕ ਆ ਜੀ 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 ਸਰ ਤੇ ਹੁਣ ਗੱਲ ਕਰੀਏ ਭਾਜੀ ਆ ਕਿਹੜੀ ਗੱਡੀ ਇਹ ਵੀ ਭਾਜੀ ਵਰਨਾ ਹੀ ਆ ਠੀਕ ਹੈ ਚਿੱਟਾ ਸਟਾਕ ਆ ਗਿਆ ਕਾਲਾ ਸਾਰਾ ਕੁਝ ਹੈਗਾ ਜੀ ਸਾਰਾ ਕੁਝ ਅੱਜ ਆ ਸਾਰੇ ਪਾਸੇ ਤੁਹਾਨੂੰ ਘੁਮਾ ਕੇ ਜਾਵਾਂਗੇ ਇਹ ਭਾਜੀ ਗੱਡੀ 2019 ਪੈਟਰੋਲ ਆ ਭਾਜੀ ਪੈਟਰੋਲ ਲਵਰ ਦੇ ਲਈ ਵੀ ਜੇ ਨਾ ਮੈਨੂੰ ਘੱਟ ਚੱਲਦੀ ਗੱਡੀ ਜਾਂ ਕੁਝ ਵੀ ਆ ਪੈਟਰੋਲ ਲਵਰ ਦੇ ਲਈ ਵਰਨਾ ਆ ਜੀ 55,000 ਚੱਲੀ ਹੋਈ ਆ ਇਹ ਆਪਾਂ ਨੂੰ ਲਗਭਗ ਵੀ 9,30,000 ਰੁਪਏ ਦੀ ਰੇਂਜ ਵਿੱਚ ਮਿਲ ਜਾਏਗੀ SX ਮਾਡਲ ਆ ਵਧੀਆ ਆ ਸਾਰੇ ਫੀਚਰ ਨੇ ਐਕਸੈਪਟ ਸਨਰੂਫ ਐਵਰੀ ਫੀਚਰ ਵੁੱਡ ਬੀ ਦੇਅਰ ਸਾਰਾ ਕੁਝ ਆ ਪੁਸ਼ ਬਟਨ ਸਟਾਰਟ ਅਲੋਏ ਵੀਲ ਕੰਪਨੀ ਦੇ ਸੋਬਰ ਕਾਰ ਹਨ ਅੱਜ ਦੀ ਵੀਡੀਓ ਭਾਜੀ ਮਤਲਬ ਜ਼ਿਆਦਾ ਲੰਬੀ ਹੋ ਜਾਣੀ ਕਿਉਂਕਿ ਅੱਜ ਆਪਾਂ ਸਾਰੇ ਸਟੋਕ ਦਿਖਾਣਾ ਬਹੁਤ ਘੁਮਾਣਾ ਤੁਹਾਨੂੰ ਅਸੀਂ ਤਾਂ ਬਹੁਤ ਘੁਮਾਣਾ ਲੈ ਜਿਹੜਾ ਵੀ ਕਸਟਮਰ ਉਹਨੂੰ ਜਿਹੜੀ ਵੀ ਗੱਡੀ ਪਸੰਦ ਆ ਅੱਜ ਆਪਣੀ ਵੀਡੀਓ ਦੇ ਵਿੱਚ ਮਿਲ ਜੂਗੀ ਬਿਲਕੁਲ ਮੈਂਸ਼ਨ ਕਰ ਦੇਣੀ ਭਾਜੀ ਹਰ ਤਰ੍ਹਾਂ ਦੇ ਕਸਟਮਰ ਨੂੰ ਟੱਚ ਕਰਾਂਗੇ ਅੱਗੇ ਭਾਜੀ ਆਪਣਾ ਫੇਰ ਜੁੱਟ ਆ ਗਿਆ ਭਾਜੀ XUV 500 ਦੱਸੋ ਇਹਦੇ ਬਾਰੇ ਇਹ ਵੀ ਭਾਜੀ ਬੈਸਟ ਸੈਲਰ ਆਪਣੀ ਸੈਗਮੈਂਟ ਦੀ ਗੱਡੀ ਆ ਠੀਕ ਆ ਇਹ ਵੀ W6 ਮਾਡਲ ਨੇ ਤੁਹਾਨੂੰ ਮਿਡਲ ਵਾਲੇ ਵੇਰੀਐਂਟ ਨੇ ਡਬਲ 에ਅਰ ਬੈਗ ਅਲੋਏ ਵੀਲਸ ਠੀਕ ਆ ਜੀ ਸਾਰੇ ਫੀਚਰ ਇਹਦੇ ਵਿੱਚ ਆ ਜਾਣਗੇ ਹਾਂ ਇਹ ਵਾਲੀਆਂ ਗੱਡੀਆਂ ਕੰਪਨੀ ਰਿਕਾਰਡ ਨਾਲ ਚੱਲੀਆਂ ਹੋਈਆਂ ਨੇ ਮਤਲਬ ਦੋਨੋਂ ਗੱਡੀਆਂ ਦਾ ਡਿਸਕਲੋਸ ਮੈਂ ਤੁਹਾਨੂੰ ਕਿੱਦਾਂ ਕਰਾਂ 9.5 ਦੀ ਰੇਂਜ ਵਿੱਚ 2017 ਦਸੰਬਰ ਦੀ ਇਹ ਗੱਡੀ ਮਿਲ ਜਾਏਗੀ ਇਹ ਵਾਲੀ ਗੱਡੀ ਕੋ ਸਾਨੂੰ 10,65,000 ਦੀ ਰੇਂਜ ਵਿੱਚ ਮਿਲ ਜਾਏਗੀ 18 ਮਾਡਲ ਠੀਕ ਆ 18 ਮਾਡਲ ਤੇ ਹੁਣ ਭਾਜੀ ਗੱਲ ਕਰੀਏ ਆਪਣੇ ਰੀਨੋਲਡ ਦੀ ਇਹ ਗੱਡੀ ਬਾਰੇ ਦੱਸੋ ਆਪਣਾ ਇਹ ਗੱਡੀ ਕਿਹੜੀ ਆ ਇਹ ਭਾਜੀ ਨਵੀਂ ਆਈ ਆ ਜੀ ਰੀਨੋਲਡ ਦੇ ਇਸ ਵੇਲੇ ਨਵੀਂ ਤੁਹਾਡੇ ਤੋਂ ਭਾਈ ਇਹ ਗੱਲ ਮੈਂ ਨਾ ਦੇਖੀ ਆ ਕਿ ਜਿਹੜੀਆਂ ਨਵੀਆਂ ਗੱਡੀਆਂ ਹੁੰਦੀਆਂ ਤੁਹਾਡੇ ਤੋਂ ਪਹਿਲਾਂ ਬਿਲਕੁਲ ਬਿਲਕੁਲ ਭਾਜੀ ਜਿੱਦਾਂ ਇਹ ਤਾਂ ਕਸਟਮਰ ਦੀ ਨੀਡ ਆ ਜੀ ਆਪਾਂ ਹਰ ਕਸਟਮਰ ਦੀ ਨੀਡ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਇਸ ਗੱਲ ਕਰਕੇ ਇਹ ਵਾਲੀ ਗੱਡੀ 2021 ਮਾਡਲ ਪੈਟਰੋਲ ਆ ਭਾਜੀ ਸਿਰਫ 15,000 ਕਿਲੋਮੀਟਰ ਚੱਲੀ ਹੈ 15,000 ਹਾਂਜੀ ਕੰਪਨੀ ਦੀ ਗਾਰੰਟੀ ਦੇ ਵਿੱਚ ਆ ਇਹਦਾ ਰੇਟ ਮਤਲਬ ਇੰਨਾ ਗੁੱਡ 7,00,000 ਦੀ ਰੇਂਜ ਦੇ ਵਿੱਚ ਆਪਾਂ ਗੱਡੀ ਡਿਮਾਂਡ ਕਰਦੇ ਆ ਕੋਈ 6,85,000 ਦੀ ਰੇਂਜ ਵਿੱਚ ਆਪਾਂ ਗੱਡੀ ਦੇ ਦੇਵਾਂਗੇ 21 ਮਾਡਲ ਪ੍ਰੋਪਰ ਪੈਟਰੋਲ ਹਾਂਜੀ ਇਹ ਭਾਜੀ ਵੱਡੀ ਆ ਵਗੈਰਾ ਪ੍ਰੋਪਰ ਹੋ ਜਾਂਦੀ ਬਿਲਕੁਲ ਭਾਜੀ ਪੇਪਰ ਵਰਕ ਸਾਰਾ ਕੁਝ ਹੋਏਗਾ ਇੰਸ਼ੋਰੈਂਸ ਵੀ ਦੀ 3 ਸਾਲ ਦੀ ਪਈ ਹੋਈ ਆ ਹਲੇ ਤੱਕ ਔਰ ਗੱਡੀ ਦੀ ਵਾਰੰਟੀ ਵੀ ਕੰਪਨੀ ਦੇ ਵਿੱਚੋਂ ਪਈ ਆ ਹਲੇ ਤੱਕ ਸਾਡੇ ਤੱਕ ਦੇਖਣ ਦੀ ਲੋੜ ਨਹੀਂ ਕੰਪਨੀ 'ਚ ਜਾ ਕੇ ਤੁਸੀਂ ਗੱਡੀ ਜਿੱਦਾਂ ਮਰਜ਼ੀ ਚੱਕ ਲਓ ਠੀਕ ਆ ਅੰਦਰੋਂ ਇੰਟੀਰੀਅਰ ਜਿਹੜਾ ਗੱਡੀ ਦਾ ਬਹੁਤ ਹੀ ਸਾਫ਼ ਸੁਥਰਾ ਹੈਗਾ ਆ ਠੀਕ ਆ ਟੱਚ ਪੇਅਰ ਪੁਸ਼ ਬਟਨ ਸਟਾਰਟ ਸਾਰਾ ਕੁਝ ਨਵੇਂ ਆ ਇਹ ਬਸ ਸਵਿਫਟ ਨਵੀਆਂ ਨਾਲੋਂ ਵੀ ਸਸਤੀ ਕਾਰ ਦੇ ਰਹੇ ਆ ਜੀ ਅੱਛਾ ਜੀ ਬਿਲਕੁਲ ਉੱਚੀ ਗੱਡੀ ਆ ਇਹੋ ਜਿਹਾ ਰੇਟ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗਾ ਫਿਰ ਦੱਸੋ ਆਪਣੇ ਕਸਟਮਰ ਨੂੰ ਇਹਦਾ ਰੇਟ ਕੀ ਆ ਇਹ ਭਾਜੀ 6,85,000 ਦੀ ਤੁਹਾਨੂੰ ਯੈਸ ਨੂੰ ਗੱਡੀ ਦੇ ਦੇਵਾਂਗੇ
ਇਹਨਾਂ ਦੇ ਲਈ ਡੀਜ਼ਲ ਗੱਡੀ ਲੈ ਕੇ ਆਏ ਆ ਭਾਜੀ 2018 XM ਵੇਰੀਐਂਟ ਹੈ ਇਹ ਵਾਲੀ ਗੱਡੀ 675000 ਦੀ ਰੇਂਜ ਡਿਮਾਂਡ ਕਰਦੇ ਆ 640000 ਦੀ ਰੇਂਜ ਦੇ ਵਿੱਚ ਛੱਡ ਦੇਵਾਂਗੇ ਗੱਡੀ ਠੀਕ ਆ 675000 ਦੀ ਡਿਮਾਂਡ ਹੈ ਤੇ ਬਿਲਕੁਲ ਛੱਡ ਕਿੰਨੇ ਦੀ ਦੇਵੋਗੇ ਬਾਈ 640000 ਦੇ ਵਿੱਚ ਕਰ ਕਿਤੇ ਵੀ ਛੱਡਦਾ ਕੋਈ ਗੱਲ ਮਤਲਬ ਆਪਣੇ ਵੱਲੋਂ ਗੱਡੀ ਦਾ ਆਪਣੇ ਲੋ ਬੈਸਟ ਰੇਟ ਆ ਹਰ ਚੀਜ਼ ਦੀ ਗਰੰਟੀ ਇਸ ਗੱਡੀ ਦੀ ਵੀ 18 ਮਾਡਲ ਆ ਪਰ ਕੰਡੀਸ਼ਨ 21 ਮਾਡਲ ਆ ਵੀ ਟੈਗੋ ਜੀ ਵੀ ਭਾਈ ਨੇ ਜਿੱਦਾਂ ਪਹਿਲਾਂ ਦੱਸੇ ਲੋਏ ਵੀ ਲਪਵਾਏ ਆ ਆਪਾਂ ਗੱਡੀ ਬਿਲਕੁਲ ਭਾਜੀ ਪਾਉਣੇ ਪੈਂਦੇ ਨੇ ਸਾਰੀਆਂ ਕਾਰਾਂ ਦੇ ਕਸਟਮਰ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਠੀਕ ਆ ਵਰਨਾ ਗ੍ਰੇ ਕਲਰ ਦੇ ਵਿੱਚ ਬਹੁਤ ਘੱਟ ਹੁੰਦੀ ਆ ਗੱਡੀ ਬਿਲਕੁਲ ਭਾਜੀ 2017 ਮਾਡਲ ਜੀ ਡਬਲ 에ਅਰਬੈਗ ਡੀਜ਼ਲ ਵੇਰੀਐਂਟ ਆ ਗੱਡੀ ਆਪਣੇ ਫਸਟ ਓਨਰ ਕਾਰ ਆ ਠੀਕ ਆ ਜੀ 3 ਸਾਲ ਦਾ ਥਰਡ ਪਾਰਟੀ ਬੀਮਾ ਪਿਆ ਜੀ ਇਹ ਵੀ ਗੱਡੀ ਕੋਈ ਕਰਾ ਕੇ ਆਪਣੇ 635000 ਦੀ ਰੇਂਜ ਵਿੱਚ ਛੱਡ ਦੇਵਾਂਗੇ ਭਾਜੀ ਅਲੋਏ ਵੀ ਐਕਸਟਰਾ ਪਏ ਹੋਏ ਆ ਸੀਟ ਕਵਰ ਸਾਰਾ ਕੁਝ ਲੱਗਾ ਹੋਇਆ ਗੱਡੀ ਸਾਰੀ ਸਾਫ ਸੁਥਰੀ ਭਾਜੀ ਹੱਥ ਦੀ ਕਰਦੀ ਜਿਓ ਤੁਹਾਨੂੰ ਸਵਾਗਤ ਦਿਖਾਇਆ ਉਹ ਕਸਟਮਰ ਪੁੱਛਦਾ ਹੁੰਦਾ ਬੰਪਰ ਟੂ ਬੰਪਰ ओरिजिनल ਪੇਂਟ ਹੁੰਦਾ ਭਾਈ ਜਸਟ ਜਿੰਨਾ ਆਪਾਂ ਪਿੱਛੇ ਨੂੰ ਜਾਈ ਜਾਵਾਂਗੇ ਨਾ ਕਾਰ ਨੂੰ ਆਪਾਂ ਜਿੰਨੇ ਮਾਡਲ ਪਿੱਛੇ ਨੂੰ ਜਾਈਗੇ ਉੱਚ ਥੋੜੇ ਥੋੜੇ ਚੀਜ਼ਾਂ ਨਹੀਂ ਕੰਮ ਆ ਜਾਣੀ ਜੇ ਕੋਈ ਹੋ ਗਿਆ ਤਾਂ ਕਹਿ ਕੇ ਬਿਲਕੁਲ ਭਾਜੀ ਸਾਫ ਗੱਲ ਕਰਨੀ ਹੈ ਸਾਫ ਗੱਲ ਕਰਨੀ ਹੈ ਤਾਂ ਇੱਥੇ ਟਿਕੇ ਪਏ ਆ ਐਡੀ ਮਾਰਕੀਟ ਦੇ ਵਿੱਚ ਨਹੀਂ ਤਾਂ ਤੁਹਾਨੂੰ ਪਤਾ ਮਤਲਬ ਅੰਦਰ ਕਹਿੰਦਾ ਬਹੁਤ ਸਾਫ ਸੁਥਰੀ ਗੱਡੀ ਲੈਣੀ ਤੇ ਸਾਫ ਸੁਥਰੀ ਬਿਲਕੁਲ ਬਿਲਕੁਲ ਭਾਈ ਸਾਫ ਸੁਥਰੀ ਜਵਾਨ ਨਾਲ ਗੱਡੀ ਦੇਣੀ ਤੇ ਸਾਫ ਸੁਥਰੀ ਜਵਾਨ ਨਾਲ ਪੈਸੇ ਲੈਣੇ ਠੀਕ ਆ ਤੇ ਹੁਣ ਹੈ ਭਾਜੀ ਆ ਗਈ ਇਹ ਰੈੱਡ ਕਲਰ ਦੀ ਇਹ ਬੜੀ ਪਿਆਰੀ ਲੱਗ ਰਹੀ ਹੈ ਗੱਡੀ ਬਿਲਕੁਲ ਬਿਲਕੁਲ ਭਾਜੀ ਸਪੋਰਟੀ ਹੈ ਮਿੰਨੀ ਕੂਪਰ ਵਾਲਾ ਮਿੰਨੀ ਕੂਪਰ ਕਹਿ ਲਓ ਹਨਾ ਉਹਦਾ ਬਿਲਕੁਲ ਸਪੋਰਟੀ ਕਾਰ ਆ ਪੂਰੀ ਇਹਦਾ ਵੀ ਰੇਟ ਭਾਈ ਅਨਬੀਟੇਬਲ ਦੇ ਦੇਵਾਂਗੇ ਤੁਹਾਨੂੰ ਠੀਕ ਆ ਇਹ ਵੀ 2727 ਨੰਬਰ ਹੈਗਾ ਆ ਬਿਲਕੁਲ ਜਲੰਧਰ ਨੰਬਰ 2727 ਡੀਜ਼ਲ ਵੇਰੀਐਂਟ ਦੇ ਵਿੱਚ ਸਵਿਫਟ ਹੈ ਇਹਦੀ ਹਾਈ ਡਿਮਾਂਡ ਹੋਗੀ ਭਾਜੀ ਅੱਛਾ ਜੀ ਕੰਟੀਨਿਊ ਹੋਣ ਤੋਂ ਬਾਅਦ ਡੀਜ਼ਲ ਸਵਿਫਟ ਦੀ ਬਹੁਤ ਲੋ ਡਿਮਾਂਡ ਹੋਗੀ ਕਿਉਂਕਿ ਮਾਈਲੇਜ ਬਹੁਤ ਜ਼ਿਆਦਾ ਤੁਸੀਂ ਅਲੋਏ ਵੀਲ ਚੈੱਕ ਕਰ ਸਕਦੇ ਹੋ ਗੱਡੀ ਦੇ ਬਹੁਤ ਹੀ ਅਲੋਏ ਵੀਲ ਪਏ ਹੀ ਹੋਏ ਆ ਤਾਂ ਕਰਕੇ ਹਰ ਗੱਡੀ ਦੇ ਪਾਉਣੇ ਪੈਂਦੇ ਤੁਹਾਨੂੰ ਪਤਾ ਇਹ ਵੀ ਕੁਝ 50000 ਕਿਲੋਮੀਟਰ ਚੱਲੀ ਭਾਜੀ ਗੱਡੀ 5.5 ਲੱਖ ਦੀ ਰੇਂਜ ਦੇ ਵਿੱਚ ਗੱਡੀ ਦੇ ਦਾਂਗੇ ਵਿਦ ਅਲੋਏ ਵੀਲ ਪਿੱਛੋਂ ਗੱਡੀ ਦੀ ਲੁੱਕ ਦੇਖ ਸਕਦੇ ਹੋ ਬਹੁਤ ਹੀ ਖਤਰਨਾਕ ਗੱਡੀ ਹੈਗੀ ਆ ਭਾਜੀ ਇਦਾਂ ਨਾ ਇਹ ਆਲ ਵੈਦਰ ਕਾਰਾਂ ਨੇ ਹਰ ਟਾਈਮ ਵਿਕਦੀਆਂ ਨੇ ਸੋਹਣੀ ਗੱਡੀ ਆ ਨਵੀਂ ਸ਼ੇਪ ਦੇ ਵਿੱਚ ਮਤਲਬ ਇਸ ਤੋਂ ਸਸਤੀ ਗੱਡੀ ਭਾਈ ਜੇ ਕੋਈ ਰੋਡ ਤੇ ਲੈ ਕੇ ਜਾਊਗਾ ਇੱਕ ਵਾਰੀ ਦੇਖੂਗਾ ਜ਼ਰੂਰ ਭਾਜੀ ਇਹ ਸੋਹਣੇ ਕਲਰ ਨੇ ਭਾਜੀ ਉਹਨਾਂ ਗੱਲ ਕਰ ਸਪੋਰਟੀ ਲੁੱਕ ਆ ਜਾਂਦੀ ਗੱਡੀ ਨੂੰ ਠੀਕ ਆ ਭਾਜੀ ਕੀਆ ਵੀ ਦੋ ਹੀ ਭਾਜੀ ਸੈਲਟਸ ਖੜੀਆਂ ਨੇ ਤਾਂ ਹੀ ਆਪਾਂ ਨਾ ਦੂਣੇ ਜੁੱਟੇ ਪੂਰੇ ਕਰਕੇ ਤੋਂ ਨਾ ਇਹ ਗੱਡੀ ਬਾਰੇ ਸੁਣਿਆ ਗੱਡੀ ਫਿਊਚਰ ਨਾਲ ਭਰਮਾਰ ਆ ਇਹਦੇ ਚ ਜਿੰਨੇ ਫਿਊਚਰ ਹੋਰ ਕਿਸੇ ਚ ਨਹੀਂ ਬਿਲਕੁਲ ਭਾਜੀ ਇਹ ਫੀਚਰਾਂ ਦੀ ਭਰਮਾਰ ਆ ਗੱਡੀ ਇਹ ਲੇਟੈਸਟ ਟੈਕਨੋਲੋਜੀ ਵਿੱਚ ਬਣੀ ਹੋਈ ਮਤਲਬ ਗੱਡੀ 2019 ਮਾਡਲ ਆ ਬਟ BS6 ਇੰਜਨ ਆ ਇਹਦੇ ਵਿੱਚ ਜਿਹੜਾ ਹੁਣ ਚੱਲਦਾ ਇਹਦੀ ਐਵਰੇਜ ਉਸ ਗੱਲ ਕਰਕੇ ਬਹੁਤ ਜ਼ਿਆਦਾ ਆ ਇਹ ਗੱਡੀ ਆਪਾਂ ਨੂੰ ਕੋਈ 11,90,000 ਆਸਕਿੰਗ ਪ੍ਰਾਈਸ ਕਰਦੇ 11.5 ਦੀ ਰੇਂਜ ਦੇ ਵਿੱਚ ਆਪਾਂ ਗੱਡੀ ਦੇ ਦਾਂਗੇ ਬਾਕੀ ਤੁਹਾਡੇ ਚੈਨਲ ਦੇ ਵੀਰਾਂ ਲਈ ਆਪਾਂ ਹੋਰ ਬਿਲਕੁਲ ਭਾਜੀ ਇਹ ਗੱਡੀ ਦੇ ਵਿੱਚ ਵੀ ਦੋਨਾਂ ਚ ਲਓ ਆ ਦੋਨਾਂ ਨੂੰ ਚੈੱਕ ਕਰੋ ਦੋਨੇ ਗੱਡੀਆਂ PV32 ਨੰਬਰ ਆ ਠੀਕ ਆ ਜੀ ਟਾਪ ਮਾਡਲ ਆ 에ਅਰਬੈਗ ਮਤਲਬ ਤੇ ਇਹਦੀ ਵੀ ਭਾਜੀ ਨਾਲ ਹੀ ਡਿਟੇਲ ਦੱਸ ਦੋ ਇਹ ਗੱਡੀ ਸੇਮ ਡਿਟੇਲ ਭਾਜੀ ਸੇਮ ਕਾਰਾਂ ਬਿਲਕੁਲ ਭਾਜੀ ਜੋਟੇ ਤਾਂ ਹੀ ਤੁਹਾਨੂੰ ਦੇਣੀਆਂ ਬਿਲਕੁਲ ਭਾਜੀ ਕੋਈ ਪ੍ਰਾਈਸ ਨਹੀਂ ਬਾਕੀ ਤੁਹਾਡੇ ਵੀਵਰ ਜੋ ਵੀ ਕਹਿਣਗੇ ਆਪਾਂ ਮੌਕੇ ਤੇ ਕਰ ਲਵਾਂਗੇ ਤੇ ਹੁਣ ਭਾਜੀ ਆ ਗਈ ਇਹ ਵਰਨਾ ਬਿਲਕੁਲ ਭਾਜੀ ਇਹਦੇ ਬਾਰੇ ਦੱਸੋ ਆ ਕਿਹੜੀ ਵਰਨਾ ਇਹ ਵੀ ਭਾਜੀ ਪੈਟਰੋਲ ਵਰਨਾ ਜੀ 2019 ਮਾਡਲ ਇਹ ਵੀ ਭਾਜੀ ਪੈਟਰੋਲ ਜਿਹਨਾਂ ਨੇ ਕਾਰ ਲੈਣੀ ਹੁੰਦੀ ਹੈ ਜਿਹਨੇ ਘੱਟ ਚਲਾਈ ਹੈਗੀ ਉਹਨਾਂ ਦੇ ਲਈ ਬਿਲਕੁਲ ਸਹੀ 64000 ਕਿਲੋਮੀਟਰ ਚੱਲੀ ਹੋਈ ਹੈ 935000 ਦੀ ਰੇਂਜ ਵਿੱਚ ਠੀਕ ਆ ਤੇ ਇਹ ਲਾਸਟ ਕਿੰਨੇ ਦੀ ਦੇਵਾਂਗੇ ਤੁਸੀਂ ਦੱਸਿਆ ਸੀ ਆਪਣਾ ਇਹ ਭਾਜੀ ਇਹ ਵੀ ਹੋ ਜਾਏਗੀ 9 ਲੱਖ ਦੀ ਰੇਂਜ ਵਿੱਚ 9 ਲੱਖ ਦੀ ਰੇਂਜ ਚ ਕਰ ਦੇਵਾਂਗੇ ਬਿਲਕੁਲ ਭਾਜੀ ਬਿਲਕੁਲ ਸੋਹਣਾ ਨੰਬਰ ਲੱਗਿਆ ਹੋਇਆ 1800 ਨੰਬਰ ਇਹ ਸਿੰਪਲ ਸੁਪਰ ਕਾਰ ਆ ਠੀਕ ਸਿੰਪਰਾ ਦੇ ਤੇ ਹੁਣ ਗੱਲ ਕਰੀਏ ਸਿਲਵਰ ਕਲਰ ਦੇ ਵਿੱਚ ਸਵਿਫਟ ਦੀ ਬਿਲਕੁਲ ਭਾਜੀ ਸਿਲਵਰ ਇਹ ਵੀ ਭਾਜੀ 2019 ਮਾਡਲ ਅਲੋਏ ਟਾਇਰ ਇਹਨੂੰ ਵੀ ਐਕਸਟਰਾ ਪਏ ਹੋਏ ਆ ਚੈੱਕ ਕਰਾ ਲਓ ਤੁਸੀਂ ਮਤਲਬ ਆਪਣੀ ਖੁਸ਼ੀ ਨਾਲ ਗੱਡੀ ਦੇ ਹਿਸਾਬ ਨਾਲ ਤਿਆਰ ਕਰਾਈ ਦੀ ਹੈ ਨਾ ਵੀ ਗੱਡੀ ਦੇ ਗਾਹਕ ਨੂੰ ਮਤਲਬ ਜੇ ਕਸਟਮਰ ਉਹ ਖੁਸ਼ ਹੋ ਕੇ ਜਾਵੇ ਭਾਜੀ ਖੁਸ਼ ਹੋ ਕੇ ਜਾਵੇ ਇਹਨਾਂ ਗੱਲਾਂ ਕਰਕੇ ਵੀ ਭਾਈ 76000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਕੋ 6,20,000 ਦੀ ਰੇਂਜ ਵਿੱਚ 19 ਮਾਡਲ ਸਵਿਫਟ ਦੇ ਦੇਵਾਂਗੇ ਇਹਦਾ ਵੀ ਪ੍ਰਾਈਸ ਅਨਬੀਟੇਬਲ ਆ ਭਾਜੀ ਠੀਕ ਆ ਤੇ ਹੁਣ ਨੈਕਸਟ ਗੱਡੀ ਵੱਲ ਗੱਲ ਕਰੀਏ ਭਾਜੀ ਆਪਾਂ ਨੈਕਸਟ ਗੱਡੀ ਕਿਹੜੀ ਦਿਖਾ ਰਹੇ ਆ ਇਹ ਭਾਜੀ i20 ਹੈ ਜੀ ਡਿਊਲ ਟਵਿਨ ਦੋ ਰੰਗਾਂ ਵਾਲੀ ਮਤਲਬ ਹੁਣ ਕਹਿੜੋ ਭਾਈ ਆ ਗੱਡੀਆਂ ਹੋ ਗਈਆਂ ਜਿਹੜੀ ਘੱਟ ਬਜਟ ਵਾਲੇ ਲੋਕੀ ਹਨਾ ਸਾਰੇ ਤਰ੍ਹਾਂ ਦੇ ਮਸਾਈ ਵਿੱਚ ਨਹੀਂ ਜਾਣਾ ਚਾਹੁੰਦੇ ਜੀ ਠੀਕ ਆ ਹਰ ਤਰ੍ਹਾਂ ਦੀ ਲੋਡ ਦੇ ਲਈ ਆਪਣੇ ਕੋਲ ਕਾਰ ਅਵੇਲੇਬਲ ਆ ਇਹ 2017 ਆਸਤਾ ਮਾਡਲ ਆ ਭਾਜੀ ਵੀ ਸਪੈਸ਼ਲ ਕਾਰ ਆ ਅਲੋਏ ਵੀਲ ਵੀ ਪਏ ਹੋਏ ਆ ਇਹਦੀ ਅੰਦਰ ਦਾ ਇੰਟੀਰੀਅਰ ਚੈੱਕ ਕਰੋ ਸੀਟ ਤੋਂ ਲੈ ਕੇ ਰੰਗ ਬਹੁਤ ਸੋਹਣਾ ਭਾਜੀ ਕੰਪਨੀ ਵਿੱਚੋਂ ਕਾਲੀ ਆਂਦੀ ਆਰਸੀ ਦੇ ਵਿੱਚ ਵੀ ਲਿਖਿਆ ਹੋਏਗਾ ਇਹ ਸਪੈਸ਼ਲ ਐਡੀਸ਼ਨ ਮਾਡਲ ਸੀ ਠੀਕ ਆ ਕੰਪਨੀ ਦਾ ਹਾਂਜੀ ਥੋੜਾ ਮਹਿੰਗਾ ਸੀਗਾ ਪਹਿਲਾਂ ਕੋਸਟੀ ਸੀਗਾ ਉਹਦੇ ਅੱਛਾ ਜੀ ਤੇ ਇਹ ਆਪਾਂ ਕਿੰਨੇ ਦੀ ਦੇ ਦੇਵਾਂਗੇ ਇਹ ਵੀ ਭਾਜੀ ਕੋਈ 6,85,000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਬਿਲਕੁਲ ਬਿਲਕੁਲ ਭਾਜੀ ਤੇ ਹੁਣ ਆ ਗਈ ਸਿਆਜ ਬਿਲਕੁਲ ਸਿਆਜ ਭਾਜੀ ਆਟੋਮੈਟਿਕ ਆ ਜੀ ਆਟੋਮੈਟਿਕ ਲਵਰ ਜਿਹੜੇ ਹੁੰਦੇ ਉਹਨਾਂ ਦੇ ਲਈ ਨੇ ਅੱਛਾ ਇਹ ਪੈਟਰੋਲ ਆ ਹਾਈਬ੍ਰਿਡ ਵੇਰੀਐਂਟ ਆ ਇਹਦੇ ਵਿੱਚ ਮਤਲਬ ਕਿ ਇਹਦੀ ਐਵਰੇਜ ਆਮ ਪੈਟਰੋਲ ਕਾਰ ਦੇ ਨਾਲੋਂ ਜ਼ਿਆਦਾ ਹੁੰਦੀ ਆ ਠੀਕ ਆ ਅੰਦਰੋਂ ਚੈੱਕ ਕਰ ਸਕਦੇ ਹੋ ਚੈੱਕ ਕਰੋ ਭਾਜੀ 20,000 ਕਿਲੋਮੀਟਰ ਚੱਲੀ ਹੋਈ ਆ ਗੱਡੀ ਟਾਪ ਵੇਰੀਐਂਟ ਆ ਇਹ ਆਪਾਂ ਨੂੰ ਕੋਈ ਲਗਭਗ ਵੀ 8,80,000 ਰੁਪਏ ਦੀ ਰੇਂਜ ਵਿੱਚ ਡਿਮਾਂਡ ਮਤਲਬ
ਉਹ ਵੀ ਆਸਤਾ ਮਾਡਲ ਸੀ ਇਹ ਵੀ ਆਸਤਾ ਮਾਡਲ ਆ ਇਹ 2018 ਮਾਡਲ ਆ 62000 ਚੱਲੀ ਪਹਿਲੇ ਨਾ ਤੇ ਇਹਨੂੰ ਵੀ ਅਲੋਏ ਵੀਲ 17 ਇੰਚ ਲੱਗੇ ਹੋਏ ਕਰੋ ਗੱਡੀ 17 ਇੰਚ ਦੇ ਅਲੋਏ ਵੀਲ ਲੱਗੇ ਹੋਏ ਨੇ ਇਹਨੂੰ ਟਾਇਰ ਟੱਪਾ ਵਧੀਆ ਹਰ ਚੀਜ਼ ਦੀ ਇਹਦੀ ਵੀ ਗਾਰੰਟੀ ਹੈ ਮੀਟਰ ਪੇਪਰ ਹਰ ਚੀਜ਼ ਜਿਹੜੀ ਵੀ ਗੱਡੀ ਲਓਗੇ ਆਪਣੇ ਤੋਂ ਖਿਆਲ ਨਾਲ ਪੁੱਛ ਵੀ ਸਕਦੇ ਹੋ ਤੇ ਉਦਾਂ ਵੀ ਬਿਨਾ ਪੁੱਛੇ ਵੀ ਹਰ ਚੀਜ਼ ਦੀ ਗਾਰੰਟੀ ਦੇਵਾਂਗੇ ਬਿਲਕੁਲ ਇਹ ਵੀ ਬਾਜੀ ਗੱਡੀ ਕੋਲ ਲਗਭਗ ਵੀ ਆਪਾਂ ਨੂੰ 7,25,000 ਦੀ ਰੇਂਜ ਵਿੱਚ ਮਿਲ ਜਾਏਗੀ 2018 ਮਾਡਲ i20 ਡੀਜ਼ਲ ਹੋਰ ਘੱਟ ਕਰੀ ਆਪਣੇ ਵੀਅਰਸ ਦੇ ਲਈ ਜਿਹੜੀ ਵੀਡੀਓ ਦੇਖ ਕੇ ਕੋਈ ਗੱਲ ਨਹੀਂ ਭਾਈ ਵੀਅਰਸ ਲਈ ਖਾਸ ਬੋਨਸ ਚਲਾ ਦੇਵਾਂਗੇ ਆ ਕੇ ਵੀਡੀਓ ਨੂੰ ਇੱਕ ਵਾਰ ਜ਼ਰੂਰ ਮੈਂਸ਼ਨ ਕਰਨਾ ਅਸੀਂ ਜਿੰਨੇ ਭਰਾਵਾਂ ਲਈ ਕਰਾਂਗੇ ਜੀ ਆਪਾਂ ਜਿਹੜੇ ਵੀਡੀਓ ਦੇਖ ਰਹੇ ਦਰਸ਼ਕ ਸਕਰੀਨਸ਼ਾਟ ਲੈਣ ਕਹਿ ਦੇਣ ਕਿ ਤੁਹਾਡੀ ਵੀਡੀਓ ਦੇਖੀ ਹੈ ਬਿਲਕੁਲ 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 ਭਾਜੀ ਕਿਉਂ ਨਹੀਂ ਕਰਾਂਗੇ ਇਸੇ ਤਰ੍ਹਾਂ ਮੰਨਦਾ ਤੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਆਪਣੀ ਵੀਡੀਓ ਨੂੰ ਭਾਜੀ ਬਹੁਤ ਸਾਰਾ ਪਿਆਰ ਦਿੱਤਾ ਪਿਛਲੀ ਵੀਡੀਓ ਬਹੁਤ ਸਾਰੇ ਵੀਰਾਂ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਬਹੁਤ ਦੂਰੋਂ ਦੂਰੋਂ ਅੱਛਾ ਜੀ ਕੋਈ ਝਾਰਖੰਡ ਤੋਂ ਕੋਈ ਯੂਪੀ ਤੋਂ ਹੈਦਰਾਬਾਦ ਮਤਲਬ ਅਸੀਂ ਐਨਆਰਆਈ ਵੀਰਾਂ ਦਾ ਵੀ ਇੱਕ ਵਾਰੀ ਧੰਨਵਾਦ ਕਰਦੀ ਜਿਨ੍ਹਾਂ ਨੇ ਸਾਡੇ ਤੇ ਮੇਰੇ ਐਨਆਰਆਈ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਵਧੀਆ ਰਿਸਪੌਂਸ ਦਿੱਤਾ ਮੇਰੇ ਕੋਲ ਕਾਫੀ ਕਸਟਮਰ ਵਿਜ਼ਿਟ ਕਰਨ ਵੀ ਆਏ ਹੈ ਜੀ ਤੇ ਕਾਰਾਂ ਲੈ ਕੇ ਵੀ ਗਏ ਨੇ ਜੀ फिर कार दी वारंटी दी फैसिलिटी भी हैगी अपने ਤੇ ਡਾਊਨ ਪੇਮੈਂਟ ਦੀ ਗੱਲ ਕਰੀਏ ਕਿੰਨੇ ਡਾਊਨ ਪੇਮੈਂਟ ਦੇ ਸਕਦੇ ਆ ਅਪਰੋਕਸੀਮੇਟਲੀ ਜਿਹੜੀ 10 ਲੱਖ ਦੀ ਰੇਂਜ ਦੀ ਕਾਰ ਆ ਠੀਕ ਹੈ ਜੀ 1.5 ਲੱਖ ਰੁਪਇਆ 1.5 ਤੋਂ 2 ਲੱਖ ਰੁਪਇਆ ਤੁਸੀਂ ਅਮਾਉਂਟ ਡਾਊਨ ਦੇ ਕੇ ਬਾਕੀ ਤੁਹਾਡਾ ਲੋਨ ਹੋ ਜਾਏ ਬਾਕੀ ਜਿਹੜਾ ਸਿੰਬਲ ਸਕੋਰ ਹੋਊਗਾ ਉਹ ਹਾਂ ਬਾਕੀ ਉਹਦਾ ਉਹ ਨਾਰਮਲ ਬੇਸਿਕ ਜਿਹੜੀ ਆ ਉਹ ਸਟਾਰਟਿੰਗ ਜਿਹੜੀ ਆ ਸਿੰਬਲ ਸਕੋਰ ਚੈੱਕ ਕਰਕੇ ਆਧਾਰ ਕਾਰਡ ਪੈਣ ਠੀਕ ਹੈ ਜੀ ਤੇ ਗੱਡੀਆਂ ਭਾਜੀ ਸਾਰੀਆਂ ਨੋਨ ਐਕਸੀਡੈਂਟਲ ਹੁੰਦੀਆਂ ਨੋਨ ਐਕਸੀਡੈਂਟਲ ਦੀ ਕਾਰ ਦੀ ਗਰੰਟੀ ਹੋਏਗੀ ਠੀਕ ਹੈ ਜੀ ਜਿਹਦਾ ਇੱਕੋ ਪਾਰਟ ਰੀਪੇਂਟ ਹੋਏਗਾ ਉਹ ਆਪਾਂ ਦੱਸ ਕੇ ਦਈਦਾ ਹੈ ਠੀਕ ਹੈ ਤੇ ਭਾਜੀ ਆਪਣੀ ਲਾਸਟ ਵੀਡੀਓ ਦੇ ਵਿੱਚ ਆਪਣੀ 4x2 ਦੀ ਬੋਰਡ ਡਿਮਾਂਡ ਹੋਈ ਸੀ ਉਹਦੇ ਬਾਰੇ ਦੱਸ ਦਿਓ ਕਿਉਂਕਿ ਅੱਜ ਦੀ ਵੀਡੀਓ 'ਚ ਅਸੀਂ ਦਿਖਾਈ ਨਹੀਂ ਦੱਸ ਦਿਓ ਇੱਕ ਬਹੁਤ ਸਾਰੇ ਸਾਨੂੰ ਲੋਕਾਂ ਦੇ ਕਸਟਮਰ ਦੇ ਫੋਨ ਆਏ ਅੱਛਾ ਜੀ ਜਿਹੜੀ ਥਾਰ ਆਪਾਂ ਲਾਈ ਸੀਗੀ 4x2 ਉਹ ਆਪਾਂ 14 ਲੱਖ ਦੀ ਰੇਂਜ 'ਚ ਸਹੀ ਉੱਤੇ ਲਾਈ ਸੀ ਠੀਕ ਹੈ ਹੁਣ ਇਸ ਟਾਈਮ ਕਾਰ ਦਾ ਜਿਹੜਾ ਪ੍ਰਾਈਸ ਹੈਗਾ ਉਹ ਵਿਦਆਊਟ ਅਸੈਸਰੀ ਕੰਪਨੀ ਦੇ ਵਿੱਚੋਂ 14 ਲੱਖ ਦੀ ਰੇਂਜ 'ਚ ਪਹੁੰਚ ਚੁੱਕਾ ਹੈ ਠੀਕ ਹੈ ਜੀ ਤੇ ਸਾਨੂੰ ਹੁਣ ਕਸਟਮਰ ਫੋਨ ਕਰਦੇ ਆ ਕਿ ਤੁਸੀਂ 14 ਲੱਖ ਦੀ ਸੀ ਹੁਣ ਗੱਡੀ ਮਹਿੰਗੀ ਆ ਮੈਂ ਦੱਸਣਾ ਚਾਹੁੰਦਾ ਕਿ ਉਸ ਟਾਈਮ ਤੋਂ ਬਾਅਦ ਹੁਣ ਤੱਕ ਕਾਰ 1 ਲੱਖ ਤੋਂ ਉੱਪਰ ਮਹਿੰਗੀ ਹੋ ਚੁੱਕੀ ਹੈ ਕਾਰ ਭਾਈ ਇੱਕ ਗੱਲ ਵਿੱਚ ਟੋਕ ਰਿਹਾ ਇੱਕ ਗੱਲ ਕਲੀਅਰ ਕਰ ਦੇ ਜਿੱਦਾਂ ਕਈ ਮੈਨੂੰ ਕਸਟਮਰਾਂ ਦੇ ਫੋਨ ਆਉਂਦੇ ਕਹਿੰਦੇ ਗੱਡੀ ਇਦਾਂ 13 ਦੀ ਹੈ 12 ਦੀ ਹੈ ਮਤਲਬ ਕੀ ਹੈਗਾ ਮਤਲਬ ਭਾਜੀ ਐਕਚੁਅਲ ਮੈਂ ਉਹੀ ਚੀਜ਼ ਦੱਸ ਰਿਹਾ ਕਿ ਕਸਟਮਰ ਕਈ ਵਾਰ ਕਿਸੇ ਬੰਦੇ ਨੂੰ ਨੌਲੇਜ ਨਹੀਂ ਹੁੰਦੀ ਠੀਕ ਹੈ ਜੀ ਠੀਕ ਆ ਕਾਰ ਜਦੋਂ ਸਟਾਰਟਿੰਗ ਚ ਲਾਂਚ ਹੋਈ ਆ ਅੱਛਾ ਜੀ ਉਦੋਂ ਜਿਹੜਾ ਐਲਐਕਸ ਮਾਡਲ ਦਾ ਪ੍ਰਾਈਸ ਸੀ 12,70,000 ਰਿਹਾ ਉਸ ਤੋਂ ਬਾਅਦ ਅੱਜ ਤੱਕ ਕਾਰ 1,25,000 ਰੁਪਏ ਮਹਿੰਗੀ ਹੋ ਚੁੱਕੀ ਹੈ ਨਾ ਮਤਲਬ ਕਸਟਮਰਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਵੀ 1,270,000 ਦੀ ਹੀ ਸਮਝ ਰਹੇ ਆ ਕਿ ਠੀਕ ਆ ਠੀਕ ਆ ਅੱਜ ਦੀ ਰੇਟ ਚ ਕਾਰ 14,00,000 ਰੁਪਏ ਦੇ ਨੂੰ ਕ੍ਰਾਸ ਕਰ ਜਾਂਦੀ ਹੈ ਕਾਰ ਠੀਕ ਆ ਜੀ ਕਿਉਂਕਿ 1.5 ਤੋਂ 2 ਸਾਲ ਦੀ ਵੇਟਿੰਗ ਪੀਰੀਅਡ ਕਰਤਾ 40 ਤੋਂ 50,000 ਦੀ ਕੰਪਨੀ ਅਸੈਸਰੀ ਵਾਰੰਟੀ ਦੋ ਬਿਨਾ ਕਾਰ ਦੀ ਡਿਲੀਵਰੀ ਨਹੀਂ ਹੁੰਦੀ ਤੇ ਜੇਕਰ ਹੁਣ ਮੇਰੇ ਕਿਸੇ ਵੀਰ ਨੇ ਲੈਣੀ ਹੋਵੇ ਥਾਰ ਵੇ ਫੋਟ ਕਿੰਨੇ ਸਮੇਂ ਦੇ ਵਿੱਚ ਅਵੇਲੇਬਲ ਕਰਾ ਦੇਵਾਂ ਭਾਜੀ 10 ਤੋਂ 15 ਦਿਨ ਦੇ ਵਿੱਚ ਠੀਕ ਆ ਕਾਰ ਅਸੀਂ ਅਵੇਲੇਬਲ ਕਰਵਾ ਦਾਂਗੇ ਕਲਰ ਆਪਸ਼ਨ ਆ ਵੀ ਜਿੱਦਾਂ ਕਿਸੇ ਨੇ ਵਾਈਟ ਕਲਰ ਲੈਣਾ ਹੈ ਉਹਨੂੰ ਥੋੜਾ ਬਹੁਤਾ ਟਾਈਮ ਤੇ ਫਰਸਟ ਓਨਰ ਵੀ ਦਵਾ ਦਿੰਦੇ ਆ ਗੱਡੀ ਪਰ ਫਰਸਟ ਓਨਰ ਤਾਂ ਇਦਾਂ ਹੁੰਦਾ ਕਿ ਕਸਟਮਰ ਨੂੰ ਥੋੜਾ ਟਾਈਮ ਲੱਗ ਜਾਂਦਾ ਠੀਕ ਆ ਜੀ ਤਾਂ ਆਪਾਂ ਅਰੇਂਜ ਕਰਵਾ ਦਿੰਦੇ ਆ ਠੀਕ ਆ ਅਰੇਂਜ ਕਰਵਾ ਦੇਵਾਂਗੇ ਤੇ ਜਿਵੇਂ ਭਾਈ ਇਹਨੇ ਦੱਸਿਆ ਕਿ ਤੁਹਾਨੂੰ 4x2 ਵੀ ਮਿਲ ਜੂਗੀ ਜਿਹੜੀ ਕਹੋਗੇ ਸੀਰੀਅਸ ਪਰਸਨ ਕੰਟੈਕਟ ਕਰ ਲੈਣ ਤੇ ਭਾਜੀ ਆਪਣਾ ਫੋਨ ਬਾਰੇ ਦੱਸ ਦਿਓ ਆਪਣਾ ਐਡਰੈਸ ਤੇ ਮੇਰੇ ਬਹੁਤ ਸਾਰੇ ਵੀਰ ਸਾਨੂੰ ਇਹ ਸ਼ਿਕਾਇਤ ਕਰਦੇ ਆ ਤੁਸੀਂ ਕਾਲ ਨਹੀਂ ਅਟੈਂਡ ਕਰਦੇ ਭਾਜੀ ਹੁਣ ਮੰਨ ਲਓ ਅਸੀਂ ਕਿਸੇ ਨਾਲ ਡੀਲ ਕਰ ਰਹੇ ਆ ਉਸ ਟਾਈਮ ਫੋਨ ਨਹੀਂ ਪਿੱਕ ਹੁੰਦਾ ਜਾਂ ਕਈ ਵਾਰ ਹੁਣ ਰਾਤ ਨੂੰ 11:12 ਵਜੇ ਤੱਕ ਕਾਲ ਕਰਦੇ ਆ ਬਸ ਵੀ ਦਿਨ ਦੇ ਵਿੱਚ 300-300 ਆਉਂਦੀ ਕਿ ਨਹੀਂ ਚੱਕ ਹੁੰਦੀਆਂ ਆਉਂਦੀਆਂ ਚਲੋ ਕੰਮ ਆ ਸਾਨੂੰ ਚੱਕਣੀਆਂ ਪੈਂਦੀਆਂ ਨੇ ਠੀਕ ਆ ਪਰ ਕਿਸੇ ਟਾਈਮ ਨਹੀਂ ਚੱਕ ਆਉਂਦੀਆਂ ਜਿਹੜੇ ਵੀ ਮੇਰੇ ਵੀਰ ਤੋਂ ਪਹਿਲਾਂ ਤਾਂ ਆਪਾਂ ਮਾਫੀ ਮੰਗਣਾ ਚਾਹੁੰਦੇ ਜਿਨ੍ਹਾਂ ਦੀ ਕਾਲ ਨਹੀਂ ਅਟੈਂਡ ਹੁੰਦੀ ਸਾਡੇ ਕੋਲ ਜਾਂ ਹੋਈ ਮੇਰੇ ਵੀਰ ਤੁਹਾਨੂੰ ਕੋਈ ਵੀ ਚੀਜ਼ ਦੀ ਇਨਕੁਆਇਰੀ ਚਾਹੀਦੀ ਹੈ ਕੁਝ ਵੀ ਜੇ ਕਾਲ ਨਹੀਂ ਅਟੈਂਡ ਹੁੰਦੀ ਤੁਸੀਂ ਉਸੇ ਨੰਬਰ ਤੇ ਮੇਰਾ WhatsApp ਚੱਲਦਾ ਆ ਤੁਸੀਂ ਮੈਨੂੰ WhatsApp ਤੇ ਤੁਹਾਡੀ ਜੋ ਰਿਕੁਆਇਰਮੈਂਟ ਆ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਉਸ ਕਾਰ ਦਾ ਜਵਾਬ